ਦੇਖੋ ਦੋਸਤੋ ਫੋਰੈਸਟ ਗਾਰਡ ਦੇ ਇਗਜ਼ਾਮ ਦੇ ਸਬੰਧੀ ਮੇਰੇ ਨਾਲ ਕਾਫੀ ਸਬਸਕ੍ਰਾਈਬਰ ਜੁੜੇ ਨੇ ਠੀਕ ਹੈ ਤੇ ਕਾਫੀ YouTube ਚੈਨਲ ਤੇ ਜੁੜੇ ਨੇ ਐਂਡ ਕਾਫੀ ਜਿਹੜੇ WhatsApp ਗਰੁੱਪ ਤੇ ਵੀ ਜੁੜ ਚੁੱਕੇ ਨੇ ਜੇ ਤੁਸੀਂ ਹਲੇ ਤੱਕ WhatsApp ਗਰੁੱਪ ਜੁਆਇਨ ਨਹੀਂ ਕੀਤਾ ਤਾਂ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉੱਥੇ ਜਾ ਕੇ ਤੁਸੀਂ WhatsApp ਗਰੁੱਪ ਜੁਆਇਨ ਕਰ ਲਓ ਉਸ ਗਰੁੱਪ ਵਿੱਚ ਤੁਹਾਨੂੰ ਰੈਗੂਲਰਲੀ ਹੀ ਕਲਾਸਾਂ ਦੇ ਲਿੰਕ ਮਿਲਦੇ ਰਹਿਣਗੇ ਐਂਡ ਜੇ Instagram ਤੇ ਮੇਰੇ ਨਾਲ ਜੁੜਨਾ ਚਾਹੋ ਤਾਂ ਇਹ ਹੀ ਮੇਰਾ Instagram ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ ਐਂਡ ਕਿਸੇ ਵੀ ਚੀਜ਼ ਰਿਲੇਟਡ ਹੁਣ ਇੰਸਟਾਗ੍ਰam ਤੇ ਹੀ ਮੇਰੇ ਕੋਲ ਕਾਫੀ ਸਵਾਲ ਆ ਰਹੇ ਨੇ ਕਿ ਸਰ ਐਗਜ਼ਾਮ ਦੀ ਸਟ੍ਰੈਟੇਜੀ ਕੀ ਤੇ ਬੇਗੀ ਜਿਵੇਂ ਕਿ ਕਾਫੀ ਕੈਂਡੀਡੇਟ ਨੂੰ ਹਾਲੇ ਤੱਕ ਪਤਾ ਨਹੀਂ ਕਿ ਫੋਰੈਸਟ ਗਾਰਡ ਦਾ ਐਗਜ਼ਾਮ ਦੀ ਡੇਟ ਅਨਾਉਂਸਮੈਂਟ ਹੋ ਚੁੱਕੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਬਿth ਪ੍ਰੂਫ ਦੱਸ ਦੇਣਾ ਠੀਕ ਹੈ ਅਤੇ ਇਸ ਨੋਟੀਫਿਕੇਸ਼ਨ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਜਿਹੜਾ 7 ਨੰਬਰ ਪੁਆਇੰਟ ਹੈ ਆਪਾਂ ਚੈੱਕ ਕਰ ਸਕਦੇ ਹਾਂ ਜਿਹੜਾ 7 ਨੰਬਰ ਪੁਆਇੰਟ ਹੈ ਫੋਰੈਸਟ ਗਾਰਡ ਦੇ ਐਗਜ਼ਾਮ ਸੰਬੰਧੀ ਹੈ ਐਗਜ਼ਾਮ ਡੇਟ ਕੀ ਹੈ 13 11 2022 ਅਪ੍ਰੋਕਸੀਮੇਟਲੀ ਮੰਨ ਕੇ ਚੱਲੀਏ ਅੱਜ ਤੋਂ ਆਪਣੇ ਕੋਲ ਸਾਰੇ 21 ਦਿਨ ਹੀ ਬਾਕੀ ਨੇ ਹੁਣ 21 ਦਿਨਾਂ ਦੇ ਅੰਦਰ ਅੰਦਰ ਕੀ ਇਗਜ਼ਾਮ ਦੀ ਸਟ੍ਰੈਟਜੀ ਰਹਿ ਗਈ ਉਹ ਧਿਆਨ ਨਾਲ ਸਮਝ ਲਓ ਤਾਂ ਇਹ ਤੁਹਾਡੇ ਸਾਹਮਣੇ ਸਿਲੇਬਸ ਇਗਜ਼ਾਮ ਦਾ ਸਿਲੇਬਸ ਹੈ ਠੀਕ ਹੈ ਤੇ ਜਨਰਲ ਨੋਲਜ ਐਂਡ ਕਰੰਟ ਅਫੇਅਰ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ ਇਹ ਟੌਪਿਕਸ ਠੀਕ ਹੈ ਇਹ ਸਾਰੇ ਟੌਪਿਕਸ ਨੇ ਹੁਣ ਇਹ 30 ਨੰਬਰਾਂ ਦੀ ਹੈ ਠੀਕ ਹੈ ਆਪਾਂ ਦੇਖੋ ਕੋਈ ਵੀ ਕੈਂਡੀਡੇਟ ਹੈ ਨਾ ਸੋਚੋ ਵੀ ਪੂਰੇ ਦੇ ਪੂਰੇ ਸਵਾਲ ਹੱਲ ਕਰਕੇ ਆਉਣੇ ਆਪ ਇਗਜ਼ਾਮ ਵਿੱਚ ਜਿਆਦਾ ਸਵਾਲ ਕਰੋਗੇ ਜਿਆਦਾ ਘਾਟ ਨੰਬਰ ਆਉਣਗੇ ਇਹ ਗੱਲ ਯਾਦ ਰੱਖੋ ਤੁਸੀਂ ਮੇਰੀ ਠੀਕ ਹੈ ਕਿਉਂਕਿ 네ਗੇਟਿਵ ਮਾਰਕਿੰਗ ਹੁੰਦੀ ਹੈ ਜੇ ਸਵਾਲ ਗਲਤ ਕਰਤਾ ਤਾਂ ਜਿਹੜਾ ਨੰਬਰ ਬਣਿਆ ਹੈ ਇੱਕ ਸਹੀ ਕਰੇ ਦਾ ਉਹ ਵੀ ਤੁਹਾਡਾ ਕੱਟਿਆ ਜਾਵੇਗਾ ਤਾਂ ਜੇ ਸਵਾਲ ਨਹੀਂ ਆਉਂਦਾ ਤਾਂ ਉਸ ਨੂੰ ਛੱਡ ਦਿਓ ਕੋਈ ਦਿੱਕਤ ਨਹੀਂ ਹੁੰਦੀ ਜਿੰਨੇ ਸਵਾਲ ਆਉਂਦੇ ਨੇ ਸਿਰਫ ਉਹੀ ਕਰੋ ਜਿਹਦੇ ਵਾਸਤੇ ਤੁਸੀਂ ਸ਼ੋਰੋਂ ਤੁਹਾਡੇ ਮਾਈਂਡ ਵਿੱਚ ਕਨਫਰਮੇਸ਼ਨ ਹੈ ਕਿ ਹਾਂ ਇਹ ਸਵਾਲ ਸਹੀ ਹੈ ਠੀਕ ਹੈ ਪਹਿਲੀ ਗੱਲ ਇਹ ਨੋਟ ਕਰ ਲਿਓ ਕਿ ਗਲਤ ਸਵਾਲ ਆਪਾਂ ਕਰਨਾ ਹੀ ਨਹੀਂ ਹੈ ਜਿਹੜਾ ਆਉਂਦਾ ਨਹੀਂ ਉਸ ਨੂੰ ਛੱਡ ਦਿਓ ਠੀਕ ਹੈ ਲੈਗਲ ਇਹੇ ਨੋਟ ਹੋ ਗਈ ਇਸ ਤੋਂ ਬਾਅਦ ਇਹ ਸਿਲੇਬਸ ਤੁਹਾਡੇ ਸਾਹਮਣੇ ਜਨਰਲ ਨੋਲੇਜ ਦਾ ਠੀਕ ਹੈ ਹੁਣ ਇਸ ਦੇ ਰਿਗਾਰਡਿੰਗ ਵੀ ਆਪਾਂ ਨੂੰ ਕੁਐਸਚਨ ਆ ਸਕਦੇ ਨੇ ਤਿੰਨ ਤੇ ਚਾਰ ਕੁਐਸਚਨ ਆ ਸਕਦੇ ਨੇ ਤਿੰਨ ਤਿੰਨੇ ਚਾਰ ਅਪਰੋਕਸੀਮੇਟਲੀ ਮੰਨ ਕੇ ਚੱਲੋ ਪੋਲਿਟੀਕਲ ਇਸ਼ੂ ਦੇ ਰਿਗਾਰਡਿੰਗ ਠੀਕ ਹੈ ਤੇ এনवायरमेंट ਇਸ਼ੂ ਦੇ ਵੀ ਤਿੰਨ ਚਾਰ ਆ ਸਕਦੇ ਨੇ ਇਸੇ ਤਰ੍ਹਾਂ ਤਿੰਨ ਚਾਰ ਆਲ ਟੌਪਿਕ ਵਿੱਚੋਂ ਕੁਐਸਚਨ ਆਉਣਗੇ ਹੁਣ ਤਿੰਨ ਨੰਬਰ ਦਾ ਪੇਪਰ ਹੈ ਇਹ ਠੀਕ ਹੈ ਆਪਾਂ ਅੰਦਾਜ਼ਾ ਕੋਸ਼ਿਸ਼ ਕਰਨੀ ਹੈ ਸੋਰੀਆ ਕੋਸ਼ਿਸ਼ ਕਰਨੀ ਹੈ ਆਪਾਂ ਇਸ ਵਿੱਚੋਂ 25 ਨੰਬਰ ਪੱਕੇ ਕਰ ਲਈਏ 25 जीके ਵਿੱਚ ਤੁਹਾਨੂੰ ਕੋਈ ਜ਼ਿਆਦਾ ਮੁਸ਼ਕਿਲ ਗੱਲ ਨਹੀਂ ਆ ਇਸ ਕਰਕੇ ਤਿੰਨ ਹੀ ਅੱਪਾ ਕਨਫਰਮ ਕਰਨੇ 25 ਨੰਬਰ ਕਨਫਰਮ ਕਰਨੇ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਪੋਲੀਟੀ ਰਿਗਾਰਡਿੰਗ ਮੈਂ ਕਾਫੀ ਕਲਾਸਿਸ ਆਲਰੇਡੀ ਚੈਨਲ ਤੇ ਪ੍ਰੋਵਾਈਡ ਕਰਵਾਈ ਹੋਈ ਹੈ ਤੇ ਥਿਊਰੀ ਵਿੱਚ ਵੀ ਹੁਣ ਮੈਂ ਨਵੀਆਂ ਕਲਾਸਾਂ ਤੁਹਾਨੂੰ ਪ੍ਰੋਵਾਈਡ ਕਰਾ ਰਿਹਾ ਉਹ ਵਿਜ਼ਿਟ ਕਰ ਲਿਓ ਆਲ ਪੋਲੀਟੀਕਲ ਇਸ਼ੂ ਜਿਹੜਾ ਕਵਰ ਹੋ ਜਾਵੇਗਾ ਤੁਹਾਡਾ ਠੀਕ ਹੈ এনवायरमेंट ਰਿਲੇਟਡ ਵੀ ਕਲਾਸਿਸ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੀਆਂ ਤੁਸੀਂ ਜਸਟ ਕਰਨਾ ਕੀ ਹੈ ਜਿਵੇਂ এনवायरमेंट ਇਸ਼ੂ ਦਾ ਟੌਪਿਕ ਹੈ ਇਹ ਇਸ ਦੇ ਪਿੱਛੇ ਮਨੂ ਮੋਡ ਲਿਕੇ YouTube ਤੇ ਸਰਚ ਕਰ ਲਓ ਠੀਕ ਹੈ ਮੰਨੂ ਮੋਡਲ ਲਿਖ ਕੇ YouTube ਤੇ ਸਰਚ ਕਰੋਗੇ ਤਾਂ इजीली ਕਲਾਸਸ ਮਿਲ ਜਾਣਗੀਆਂ ਤੇ ਕਰੰਟ ਅਫੇਅਰ ਵਾਸਤੇ ਦੋਸਤੋ ਮੈਂ ਤੁਹਾਨੂੰ ਇੱਕ ਚੈਨਲ ਦੱਸ ਦਿੰਨਾ ਸਰਕਾਰੀ ਜੋਬ ਹੈ ਠੀਕ ਹੈ ਸਰਕਾਰੀ ਜੋਬ ਲਿਖ ਕੇ ਸਰਚ ਕਰੋਗੇ ਤਾਂ ਉਸ ਦੀ ਕਰੰਟ ਅਫੇਅਰ 2 ਮਹੀਨੇ ਦੇ ਕਰੰਟ ਅਫੇਅਰ ਰੀਡ ਕਰ ਲਓ ਪਾਸ ਹੋ ਜਾਊਗਾ ਤੁਹਾਡਾ ਐਗਜ਼ਾਮ ਠੀਕ ਹੈ ਇਸ ਤੋਂ ਲੋ ਸਾਇੰਸ ਐਂਡ ਟੈਕਨੋਲੋਜੀ ਦੀ ਕਲਾਸਸ ਵੀ ਆਪਣੇ ਕੋਲ ਚੈਨਲ ਤੇ ਅਵੇਲੇਬਲ ਨੇ ਇਕਨੋਮਿਕਸ ਰਿਗਾਰਡਿੰਗ ਵੀ ਨੇ ਹਿਸਟਰੀ ਆਫ ਪੰਜਾਬ ਆਲਰੇਡੀ ਮੈਂ ਪੰਜਾਬ ਜੀਕੇ ਵੀ ਤੁਹਾਨੂੰ ਕਵਰ ਅਪ ਕਰਵਾ ਦਿੱਤੀ ਆ ਠੀਕ ਹੈ ਹਿਸਟਰੀ ਆਫ ਇੰਡੀਆ ਹਲੇ ਰਹਿੰਦੀ ਆ ਆਪਾਂ ਕਵਰ ਕਰਾਂਗੇ ਇਸ ਦੀ ਮੇਨ ਕਵੈਸਚਨ ਹੀ ਕਵਰ ਕਰਾਂਗੇ ਥਿਉਰੀ ਵਿੱਚ ਇਸ ਨੂੰ ਨਹੀਂ ਪੜਾਂਗੇ ਠੀਕ ਆ ਸਪੋਰਟਸ ਰਿਗਾਰਡਿੰਗ ਵੀ ਦੋ ਕਲਾਸਿਸ ਪ੍ਰੋਵਾਈਡ ਕਰਾਈ ਹੈ ਦੋ ਕਲਾਸਿਸ ਵਿੱਚ ਕਮ ਤੋਂ ਕਮ 100 ਤੋਂ ਲੈ ਕੇ 120 ਕਵੈਸਚਨਸ ਇਨਕਲੂਡ ਨੇ ਉਹ ਜਾ ਕੇ ਵਿਜ਼ਿਟ ਜ਼ਰੂਰ ਕਰ ਲਿਓ ਐਗਜ਼ਾਮ ਦੇਣ ਤੋਂ ਪਹਿਲਾਂ ਓਕੇ ਇਸ ਤੋਂ ਬਾਅਦ ਸਿਨੇਮਾ ਐਂਡ ਲਿਟਰੇਚਰ ਦੀ ਵੀ ਦੋ ਕਲਾਸਿਸ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੀਆਂ ਠੀਕ ਹੈ ਇਸ ਵਿੱਚ ਆਪਾਂ 25 ਨੰਬਰ ਮੰਨ ਲਓ ਕਨਫਰਮ ਕਰ ਲੇ ਇਸ ਤੋਂ ਬਾਅਦ ਕਿਹੜਾ ਟੌਪਿਕ ਹੈ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਠੀਕ ਹੈ ਇਹ ਵੀ 30 ਨੰਬਰਾਂ ਦੀ ਹੈ ਇਹ ਮੋਸਟਲੀ ਕੈਂਡੀਡੇਟ ਦੀ ਵੀਕ ਹੁੰਦੀ ਹੈ ਠੀਕ ਹੈ ਕਮਜ਼ੋਰ ਹੁੰਦੇ ਆ ਇਸ ਜਿਹੜੇ ਸਿਲੇਬਸ ਇਸ ਟੌਪਿਕ ਵਿੱਚ ਤਾਂ ਇਸ ਵਿੱਚ ਮੇਨ ਮੇਨ ਈਜ਼ੀ ਟੌਪਿਕ ਚੱਕੋ ਕੋਡਿੰਗ ਡੀਕੋਡਿੰਗ ਹੋ ਗਿਆ ਬਿਲਕੁਲ ਈਜ਼ੀ ਹੈ ਐਨਲੋਜੀ ਹੋ ਗਿਆ ਬਿਲਕੁਲ ਈਜ਼ੀ ਹੈ ਇਸ ਟੋਲਵਾ ਡਿਰੈਕਸ਼ਨ ਸੈਂਸ ਟੈਸਟ ਬਿਲਕੁਲ ਈਜ਼ੀ ਹੈ ਰਿਲੇਸ਼ਨਸ਼ਿਪ ਥੋੜਾ ਟਾਈਮ ਵੇਸਟ ਹੁੰਦਾ ਬਟ ਬਿਲਕੁਲ ਈਜ਼ੀ ਹੈ ਠੀਕ ਹੈ ਮੇਨ ਮੇਨ ਜਿਹੜਾ ਤੁਹਾਡਾ ਈਜ਼ੀਲੀ ਮਾਈਂਡ ਵਿੱਚ ਬੈ ਜਾਵੇ ਉਹ ਟੌਪਿਕ ਨੂੰ ਸਿਰਫ ਇੱਕ ਇੱਕ ਵਾਰ ਸਮਝ ਲਓ ਸਿੰਪਲ ਜੀ ਕਰ ਲੈ ਤੇ ਮੈਥ ਦੇ ਵੀ ਨੋਰਮਲ ਜੇ ਪਰਸੈਂਟੇਜ ਇਜ਼ੀਆ ਨੰਬਰ ਸਿਸਟਮ ਇਜ਼ੀਆ ਠੀਕ ਹੈ ਐਲਸੀਐਮ ਐਸਐਫ ਇਜ਼ੀਆ ਇਸੋਲਾਵ ਨੰਬਰ ਸੀਰੀਜ਼ ਇਜ਼ੀਆ ਏਵਰੇਜ ਇਜ਼ੀਆ ਠੀਕ ਹੈ ਮੇਨ ਮੇਨ ਟੌਪਿਕ ਨੇ ਜਿਹੜੇ ਇਜ਼ੀਆ ਉਹ ਚੱਕ ਲਓ ਤੇ ਇਸ ਵਿੱਚ ਜਿਆਦਾ ਨਹੀਂ ਆਪਾਂ ਕਰਨੇ 18 ਤੋਂ ਲੈ ਕੇ 20 ਕੁਐਸਚਨ ਆਪਾਂ ਕਵਰ ਕਰਨੇ ਮਤਲਬ ਬੀ ਨੰਬਰ ਲੈਣੇ ਐ ਐਗਜ਼ਾਮਪਲ ਦੇ ਤੌਰ ਤੇ ਆਪਾਂ ਬੀ ਨੰਬਰ ਕਨਫਰਮ ਕਰ ਲਈਏ ਤਾਂ ਬਹੁਤ ਹੀ ਜਿਆਦਾ ਵਧੀਆ ਗੱਲ ਹੋ ਜਾਈਏ ਠੀਕ ਹੈ ਅਗੇ ਕਵੈਸ਼ਨ ਨਹੀਂ ਹੁੰਦਾ ਤੁੱਕਾ ਨਾ ਲਗਾਇਓ ਠੀਕ ਹੈ ਤੇ ਜਿਸਕ ਆਉਂਦਾ ਹੈ ਤਾਂ ਹੀ ਅਟੈਂਪਟ ਕਰੋ ਠੀਕ ਹੈ ਸੋ ਇੰਗਲਿਸ਼ ਹੈ ਇੰਗਲਿਸ਼ ਦੇਖੋ 15 ਨੰਬਰ ਦੀ ਇਸ ਦੇ ਵਿੱਚ ਆਪਾਂ 6 ਮੰਨ ਕੇ ਚੱਲੀਏ ਤੇ 6 ਨੰਬਰ ਤੁਸੀਂ ਲੈ ਲਓਗੇ इजीली ਲੈ ਲੈਂਦੇ ਸਾਰੇ ਹੀ ਕਿਉਂਕਿ 10ਵੀਂ ਲੈਵਲ ਦਾ ਜਿਹੜਾ ਸਾਰਾ ਸਿਸਟਮ ਹੋਵੇਗਾ ਇੰਗਲਿਸ਼ ਵੀ ਮੈਥ ਵੀ 10ਵੀਂ ਲੈਵਲ ਦਾ ਹੋਵੇਗਾ ਠੀਕ ਹੈ ਇਸ ਵਿੱਚ ਤਾਂ 6 ਨੰਬਰ ਹੁਣ ਮੰਨ ਕੇ ਚੱਲੋ ਟੋਟਲ ਕਿੰਨੇ ਹੋਗੇ 20 ਤੇ 45 52 ਨੰਬਰ ਤੁਹਾਡੇ ਆਲਰੇਡੀ ਕਨਫਰਮ ਹੋ ਚੁੱਕੇ ਨੇ ਇੱਥੇ ਠੀਕ ਹੈ ਤੇ ਇਸ ਤੋਂ ਬਾਅਦ ਸ਼ਬਦ ਪੰਜਾਬੀ ਪੰਜਾਬੀ ਵਿੱਚ ਉਹ ਯਾਰ ਫਿਰ ਵੀ ਚਲੋ ਜੇ ਕੋਈ ਵੀ ਜਿਆਦਾ ਨਲਾਇਕ ਤੋਂ ਨਲਾਇਕ ਬੱਚਾ ਹੁੰਦਾ ਹੈ ਨਾ ਉਹ ਵੀ ਜੇ ਗਲਤ ਕਰਦਾ ਹੈ ਤਾਂ ਵੀ ਜ਼ੋਰ ਮਾਰ ਕੇ 10 ਨੰਬਰ ਉਸ ਦੇ ਇਸ ਵਿੱਚ ਕਿਤੇ ਨਹੀਂ ਠੀਕ ਹੈ ਵੈਸੇ ਤਾਂ 15 ਹੀ ਲੈਂਦੇ ਨੇ ਪੰਜਾਬੀ ਜਿਆਦਾ ਡਿਫਿਕਲਟ ਨਹੀਂ ਹੁੰਦੀ ਤਾਂ ਫਿਰ ਵੀ ਚਲੋ ਕੱਟ ਕਰਕੇ ਆਪਾਂ 10 ਨੰਬਰ ਇਸ ਦੇ ਐਡ ਕਰ ਲੈਂਦੇ ਹਾਂ ਠੀਕ ਹੈ 51 ਤੇ 61 ਨੰਬਰ ਹੋ ਗਏ ਇਸ ਤੋਂ ਬਾਅਦ ਆਪਣੇ ਕੋਲ ਬਚੀ ਹੈ ਜਿਹੜੀ 10 ਨੰਬਰਾਂ ਦੀ ਬੇਸਿਕ आईसीटी यानी कंप्यूटर रिगार्डिंग ਜਿਹੜਾ ਟੋਪਿਕ ਆ ਇਸ ਦੇ ਰਿਗਾਰਡਿੰਗ 10 ਨੰਬਰ 10 ਨੰਬਰ ਦੇਖੋ ਕੰਪਿਊਟਰ ਦਾ ਸਾਰਾ ਹੀ ਲਗਭਗ ਜਿਹੜਾ ਇੱਕ ਅੱਛਾ ਚਿੱਠਾ ਸੀ ਮੇਰੇ ਚੈਨਲ ਤੇ ਤੁਹਾਨੂੰ ਮਿਲ ਜਾਏ ਫਿਰ ਜਿਹੜੇ ਵੀ ਇਹ ਟੋਪਿਕ ਨੇ ਨਾ ਇਹ ਆਲ ਕੁਐਸ਼ਨਸ ਇੰਪੋਰਟੈਂਟ ਕੁਐਸਚਨ ਜਿਹੜੇ ਸਬ ਇੰਸਪੈਕਟਰ ਦੇ ਐਗਜ਼ਾਮ ਵਿੱਚ ਵੀ ਪੁੱਛੇ ਗਏ ਨੇ ਉਹਨਾਂ ਦੇ ਵਾਸਤੇ ਵੀ ਬੈਨੀਫੀਸ਼ੀਅਲ ਰਹੀ ਨੇ ਕਨਸਟੇਬਲ ਦੇ ਵਾਸਤੇ ਵੀ ਰਹੀ ਨੇ ਉਹ ਮੇਰੀ ਸਾਰੀ ਕਲਾਸਿਸ ਜੇ ਤੁਸੀਂ ਵਿਜ਼ਿਟ ਕਰ ਲਓ ਤਾਂ ਇਹਨਾਂ ਵਿੱਚੋਂ 10 ਦੇ 10 ਨੰਬਰ ਕਨਫਰਮ ਕਰ ਲੋਗੇ ਬਟ ਫਿਰ ਵੀ ਜੇ ਇੱਕ ਅੱਧਾ ਕੁਐਸ਼ਨ ਬਾਹਰੋਂ ਆ ਜਾਂਦਾ ਇਸ ਵਿੱਚੋਂ ਮੰਨ ਕੇ ਤੇ ਲਈ ਤੇ 69 ਟੋਟਲ ਤੁਹਾਡੇ ਇੱਥੇ ਨੰਬਰ ਹੋ ਜਾਂਦੇ ਨੇ ਠੀਕ ਹੈ 69 ਨੰਬਰ ਦੇਖੋ ਦੋਸਤੋ ਹੁਣ ਦੇਖ ਲਓ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਲੱਗ ਰਹੀ ਐ 69 ਨੰਬਰ ਲੈਣੇ ਕੋਈ ਜ਼ਿਆਦਾ ਡਿਫਿਕਲਟ ਤਾਂ ਨਹੀਂ ਐ ਵੀਡੀਓ ਵਿੱਚ ਕਮੈਂਟ ਕਰ ਦਿਓ ਜੇ ਇਸ ਹਿਸਾਬ ਨਾਲ ਚੱਲੋਂਗੇ ਨਾ ਤੁਸੀਂ ਤਾਂ इजीली ਤੁਹਾਡੀ ਜਿਹੜੀ ਮੈਰਿਟ ਲਿਸਟ ਐ ਮੈਰਿਟ ਲਿਸਟ ਵਿੱਚ ਤੁਹਾਡਾ ਨਾਮ ਆ ਜਾਏਗਾ 60 ਨੰਬਰ ਤਾਂ ਇੱਥੇ ਹੀ ਹੋਗੇ ਬਾਕੀ ਪੰਜਾਬ ਜੀਕੇ ਪਈ ਐ ਪੰਜਾਬ ਜੀਕੇ ਵਿੱਚੋਂ ਕੀ 20 ਨੰਬਰ ਲੈਣੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਐ ਫਰ ਫਿਰ ਵੀ ਆਪਾਂ 15 ਜਾਂ 12 ਨੰਬਰ ਮੰਨ ਕੇ ਚੱਲੀਏ ਤਾਂ ਕਿੰਨੇ ਬਣਦੇ ਨੇ 74 ਨੰਬਰ ਬਣਦੇ ਨੇ ਹੁਣ 74 ਜਿਹੜਾ ਕੈਂਡੀਡੇਟ ਲੈ ਗਿਆ ਪੱਕਾ ਉਸ ਦਾ ਮੈਰਿਟ ਲਿਸਟ ਵਿੱਚ ਨਾਮ ਆ ਜਾਏਗਾ ਠੀਕ ਹੈ ਇਹ ਸਟ੍ਰੈਟਜੀ ਆਪਣਾ ਇਹ ਕਰੋ ਇਹ ਨਹੀਂ ਆਪਾਂ ਸਾਰਾ ਹੀ ਕਵਰ ਕਰਨਾ ਹੈ ਸਾਰਾ ਕੋਈ ਨਹੀਂ ਕਵਰ ਕਰ ਸਕਦਾ ਦੋਸਤੋ ਤੇ ਇਹ ਨਹੀਂ ਆਪਾਂ ਸਾਰੇ ਹੀ ਕੁਐਸਚਨ ਅਟੈਂਪਟ ਕਰਨੇ ਆ ਸਾਰੇ ਕੁਐਸਚਨ ਅਟੈਂਪਟ ਕਰੋਗੇ ਤਾਂ ਧੋਖਾ ਖਾਓਗੇ ਸਿੰਪਲ ਜਿਹੀ ਗੱਲ ਹੈ ਗਲਤ ਹੋਣਗੇ ਸਵਾਲ ਜਿਹੜੇ ਨੰਬਰ ਤੁਹਾਡੇ ਸਹੀ ਦੇ ਹੋਣਗੇ ਉਹ ਵੀ ਘਟੇ ਜਾਣਗੇ ਜਿਹੜੇ ਵੀ ਕੈਂਡੀਡੇਟ ਜੁੜੇ ਹੋਣੇ ਮੈਂ ਸਾਰਿਆਂ ਨੂੰ ਇਹੀ ਸਟਰੈਟਜੀ ਦੱਸਦਾ ਹੁਣਾਂ ਤਾਂ ਹੀ ਜਿਹੜੇ ਕੌਨਸਟੇਬਲ ਦਾ 2021 ਦਾ ਐਗਜ਼ਾਮ ਹੋਆ ਸੀ ਉਸ ਐਗਜ਼ਾਮ ਵਿੱਚ ਜਿਹੜੇ ਆਪਣੇ ਚੈਨਲ ਤੋਂ ਕੈਂਡੀਡੇਟ ਪੜ੍ਹੇ ਨੇ ਉਹ ਚਾਰ ਬੱਚੇ ਸਿਲੈਕਟ ਹੋਏ ਨੇ ਜਿਨ੍ਹਾਂ ਨੇ ਸਪੈਸ਼ਲੀ ਕਾਲ ਕੀਤੀ ਤੇ ਇੰਸਟਾਗ੍ਰਾਮ ਤੇ ਵੀ ਮੈਨੂੰ ਫੋਲੋ ਕਰ ਦੇਣੀ ਉਹਨਾਂ ਨੇ ਸਪੈਸ਼ਲ ਕਿਹਾ ਕਿ ਸਾਰਾ ਸ ਤੁਹਾਡੇ ਚੈਨਲ ਤੋਂ ਪੜ੍ਹਿਆ ਤੇ ਸਾਡਾ ਸਿਲੈਕਸ਼ਨ ਹੋ ਚੁੱਕਾ ਹੈ ਸੋ ਓਵਰ올 ਕਲਾਸਟੇ ਇਹੀ ਗੱਲ ਹੈ ਚੈਨਲ ਨਾਲ ਜੁੜ ਜਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਟਸਐਪ ਗਰੁੱਪ ਜੁਆਇਨ ਕਰ ਲਓ ਤੇ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕ